ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ ਮੰਤਰੀ ਮੰਡਲ ਦਾ ਤਬਾਦਲਾ ਕੀਤਾ, ਕੈਬਨਿਟ ਦਾ ਤਬਾਦਲਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਹੁਣ ਨਵੇਂ ਚਿਹਰੇ ਜਿਹੜੇ ਲੈ ਕੇ ਆਏ ਨੇ। ਉਹਨਾਂ ਦੇ ਵਿੱਚ ਇੱਕ ਸਾਡੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਉਹ ਗੁਰਕੀਰਤ ਸਿੰਘ ਕੋਟਲੀ ਆ, ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਵਿਦੇਸ਼ ਤੋਂ ਲੜਕੀ ਆਈ ਸੀ ਕੇਤੀਆ, ਜਿਹੜਾ ਕੇਤੀਆ ਕਾਂਡ ਹੋਇਆ ਸੀ ਉਹ ਗੁਰਕੀਰਤ ਸਿੰਘ ਕੋਟਲੀ ਜੀ ਸੀ ਉਹਨਾਂ ਦੇ ਵਿੱਚ ਇਨਵੋਲਵ। ਕਿ ਉਸ ਲੜਕੀ ਦੇ ਨਾਲ ਜੋ ਇਹਨਾਂ ਨੇ ਕੀਤਾ ਤੁਸੀਂ ਸਾਰੇ ਜਾਣਦੇ ਹੋ, ਬਹੁਤ ਕੋਸ਼ਿਸ਼ ਕੀਤੀ ਉਸ ਲੜਕੀ ਨੇ ਪਰ ਉਹਨੂੰ ਇਨਸਾਫ ਨਹੀਂ ਮਿਲ ਸਕਿਆ। ਬਹੁਤ ਮਾੜੀ ਗੱਲ ਆ ਇਹ ਸਾਡੇ ਲਈ। ਪੰਜਾਬ ਦੇ ਲੋਕ ਕੀ ਉਮੀਦ ਕਰਨਗੇ ਇਹਨਾਂ ਤੋਂ? ਮੈਂ ਤਾਂ ਚਾਹੁੰਦੀ ਸੀ ਕਿ ਚੰਨੀ ਸਾਹਿਬ ਬਹੁਤ ਅੱਛਾ ਫੈਸਲਾ ਦੇਣਗੇ। ਹੁਣ ਜਿਹੜੇ ਤਿੰਨ ਚਾਰ ਮਹੀਨੇ ਰਹਿੰਦੇ ਆ ਉਹਦੇ ਵਿੱਚ ਇੱਕ ਬਹੁਤ ਵਧੀਆ ਕੰਮ ਕਰਨਗੇ, ਪਰ ਉਹਨਾਂ ਨੇ ਇਦਾਂ ਦੇ ਮੰਤਰੀ ਪਾ ਕੇ ਪੰਜਾਬ ਨੂੰ ਦੱਸ ਦਿੱਤਾ ਕਿ ਅਸੀਂ ਪਹਿਲਾਂ ਵੀ ਸਹੀ ਨਹੀਂ ਸੀ ਅਤੇ ਹੁਣ ਵੀ ਸਹੀ ਨਹੀਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ ਮੰਤਰੀ ਮੰਡਲ ਦਾ ਤਬਾਦਲਾ ਕੀਤਾ, ਕੈਬਨਿਟ ਦਾ ਤਬਾਦਲਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਹੁਣ ਨਵੇਂ ਚਿਹਰੇ ਜਿਹੜੇ ਲੈ ਕੇ ਆਏ ਨੇ। ਉਹਨਾਂ ਦੇ ਵਿੱਚ ਇੱਕ ਸਾਡੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਉਹ ਗੁਰਕੀਰਤ ਸਿੰਘ ਕੋਟਲੀ ਆ, ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਵਿਦੇਸ਼ ਤੋਂ ਲੜਕੀ ਆਈ ਸੀ ਕੇਤੀਆ, ਜਿਹੜਾ ਕੇਤੀਆ ਕਾਂਡ ਹੋਇਆ ਸੀ ਉਹ ਗੁਰਕੀਰਤ ਸਿੰਘ ਕੋਟਲੀ ਜੀ ਸੀ ਉਹਨਾਂ ਦੇ ਵਿੱਚ ਇਨਵੋਲਵ। ਕਿ ਉਸ ਲੜਕੀ ਦੇ ਨਾਲ ਜੋ ਇਹਨਾਂ ਨੇ ਕੀਤਾ ਤੁਸੀਂ ਸਾਰੇ ਜਾਣਦੇ ਹੋ, ਬਹੁਤ ਕੋਸ਼ਿਸ਼ ਕੀਤੀ ਉਸ ਲੜਕੀ ਨੇ ਪਰ ਉਹਨੂੰ ਇਨਸਾਫ ਨਹੀਂ ਮਿਲ ਸਕਿਆ। ਬਹੁਤ ਮਾੜੀ ਗੱਲ ਆ ਇਹ ਸਾਡੇ ਲਈ। ਪੰਜਾਬ ਦੇ ਲੋਕ ਕੀ ਉਮੀਦ ਕਰਨਗੇ ਇਹਨਾਂ ਤੋਂ? ਮੈਂ ਤਾਂ ਚਾਹੁੰਦੀ ਸੀ ਕਿ ਚੰਨੀ ਸਾਹਿਬ ਬਹੁਤ ਅੱਛਾ ਫੈਸਲਾ ਦੇਣਗੇ। ਹੁਣ ਜਿਹੜੇ ਤਿੰਨ ਚਾਰ ਮਹੀਨੇ ਰਹਿੰਦੇ ਆ ਉਹਦੇ ਵਿੱਚ ਇੱਕ ਬਹੁਤ ਵਧੀਆ ਕੰਮ ਕਰਨਗੇ, ਪਰ ਉਹਨਾਂ ਨੇ ਇਦਾਂ ਦੇ ਮੰਤਰੀ ਪਾ ਕੇ ਪੰਜਾਬ ਨੂੰ ਦੱਸ ਦਿੱਤਾ ਕਿ ਅਸੀਂ ਪਹਿਲਾਂ ਵੀ ਸਹੀ ਨਹੀਂ ਸੀ ਅਤੇ ਹੁਣ ਵੀ ਸਹੀ ਨਹੀਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ ਮੰਤਰੀ ਮੰਡਲ ਦਾ ਤਬਾਦਲਾ ਕੀਤਾ, ਕੈਬਨਿਟ ਦਾ ਤਬਾਦਲਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਹੁਣ ਨਵੇਂ ਚਿਹਰੇ ਜਿਹੜੇ ਲੈ ਕੇ ਆਏ ਨੇ। ਉਹਨਾਂ ਦੇ ਵਿੱਚ ਇੱਕ ਸਾਡੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਉਹ ਗੁਰਕੀਰਤ ਸਿੰਘ ਕੋਟਲੀ ਆ, ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਵਿਦੇਸ਼ ਤੋਂ ਲੜਕੀ ਆਈ ਸੀ ਕੇਤੀਆ, ਜਿਹੜਾ ਕੇਤੀਆ ਕਾਂਡ ਹੋਇਆ ਸੀ ਉਹ ਗੁਰਕੀਰਤ ਸਿੰਘ ਕੋਟਲੀ ਜੀ ਸੀ ਉਹਨਾਂ ਦੇ ਵਿੱਚ ਇਨਵੋਲਵ। ਕਿ ਉਸ ਲੜਕੀ ਦੇ ਨਾਲ ਜੋ ਇਹਨਾਂ ਨੇ ਕੀਤਾ ਤੁਸੀਂ ਸਾਰੇ ਜਾਣਦੇ ਹੋ, ਬਹੁਤ ਕੋਸ਼ਿਸ਼ ਕੀਤੀ ਉਸ ਲੜਕੀ ਨੇ ਪਰ ਉਹਨੂੰ ਇਨਸਾਫ ਨਹੀਂ ਮਿਲ ਸਕਿਆ। ਬਹੁਤ ਮਾੜੀ ਗੱਲ ਆ ਇਹ ਸਾਡੇ ਲਈ। ਪੰਜਾਬ ਦੇ ਲੋਕ ਕੀ ਉਮੀਦ ਕਰਨਗੇ ਇਹਨਾਂ ਤੋਂ? ਮੈਂ ਤਾਂ ਚਾਹੁੰਦੀ ਸੀ ਕਿ ਚੰਨੀ ਸਾਹਿਬ ਬਹੁਤ ਅੱਛਾ ਫੈਸਲਾ ਦੇਣਗੇ। ਹੁਣ ਜਿਹੜੇ ਤਿੰਨ ਚਾਰ ਮਹੀਨੇ ਰਹਿੰਦੇ ਆ ਉਹਦੇ ਵਿੱਚ ਇੱਕ ਬਹੁਤ ਵਧੀਆ ਕੰਮ ਕਰਨਗੇ, ਪਰ ਉਹਨਾਂ ਨੇ ਇਦਾਂ ਦੇ ਮੰਤਰੀ ਪਾ ਕੇ ਪੰਜਾਬ ਨੂੰ ਦੱਸ ਦਿੱਤਾ ਕਿ ਅਸੀਂ ਪਹਿਲਾਂ ਵੀ ਸਹੀ ਨਹੀਂ ਸੀ ਅਤੇ ਹੁਣ ਵੀ ਸਹੀ ਨਹੀਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ ਮੰਤਰੀ ਮੰਡਲ ਦਾ ਤਬਾਦਲਾ ਕੀਤਾ, ਕੈਬਨਿਟ ਦਾ ਤਬਾਦਲਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਹੁਣ ਨਵੇਂ ਚਿਹਰੇ ਜਿਹੜੇ ਲੈ ਕੇ ਆਏ ਨੇ। ਉਹਨਾਂ ਦੇ ਵਿੱਚ ਇੱਕ ਸਾਡੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਉਹ ਗੁਰਕੀਰਤ ਸਿੰਘ ਕੋਟਲੀ ਆ, ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਵਿਦੇਸ਼ ਤੋਂ ਲੜਕੀ ਆਈ ਸੀ ਕੇਤੀਆ, ਜਿਹੜਾ ਕੇਤੀਆ ਕਾਂਡ ਹੋਇਆ ਸੀ ਉਹ ਗੁਰਕੀਰਤ ਸਿੰਘ ਕੋਟਲੀ ਜੀ ਸੀ ਉਹਨਾਂ ਦੇ ਵਿੱਚ ਇਨਵੋਲਵ। ਕਿ ਉਸ ਲੜਕੀ ਦੇ ਨਾਲ ਜੋ ਇਹਨਾਂ ਨੇ ਕੀਤਾ ਤੁਸੀਂ ਸਾਰੇ ਜਾਣਦੇ ਹੋ, ਬਹੁਤ ਕੋਸ਼ਿਸ਼ ਕੀਤੀ ਉਸ ਲੜਕੀ ਨੇ ਪਰ ਉਹਨੂੰ ਇਨਸਾਫ ਨਹੀਂ ਮਿਲ ਸਕਿਆ। ਬਹੁਤ ਮਾੜੀ ਗੱਲ ਆ ਇਹ ਸਾਡੇ ਲਈ। ਪੰਜਾਬ ਦੇ ਲੋਕ ਕੀ ਉਮੀਦ ਕਰਨਗੇ ਇਹਨਾਂ ਤੋਂ?
मैं तो चाहती सी कि चन्नी साहब बहुत अच्छा फैसला देंगे हुण जिहड़े ता 3-4 महीने रहिंदे आ उहदे विच एक बहुत वधिया काम करनगे, पर उन्होंने इदां दे मंत्री पा के पंजाब नूं दस दिता कि असी पहला भी सही नहीं सी ते हुण भी सही नहीं।